बालक जेल में होता है तो वाह किसे चुड़ैल का केक होता है अमीर साहब मर गली देख होती है अमीर साहब शहर में खुसरो का रेंज ना हो रहा हो तो इस तरह के बंदे करके देते हैं यार मैं लेके आता हूं ਇਹ ਦੱਸੋ ਆਪਣਾ ਚੰਦਰ ਸਾਹਿਬ ਜੀ ਜੀ ਕਿ ਤੁਹਾਨੂੰ ਚੰਗੇ ਭਲੇ ਤੁਸੀਂ ਚੌਧਰੀ ਸੋ ਜੀ ਅਲਹਮਦੁਲਿਲਾਹ ਤੁਹਾਡਾ ਮੈਡੀਕਲ ਚੈੱਕਅਪ ਵੀ ਹੋਇਆ ਉਹਦੇ 'ਚ ਵੀ ਤੁਸੀਂ ਚੌਧਰੀ ਨਿਕਲੇ ਹਾਂਜੀ ਔਰ ਫਿਰ ਤੁਸੀਂ ਇੱਧਰ ਆਏ ਕਿਸ ਤਰ੍ਹਾਂ ਮਤਲਬ ਇਹ ਪੱਪੂ ਸਮਰਾਟ ਦੇ ਮਹਿਕਮੇ 'ਚ ਇਹ ਸਰ ਜੀ ਅਮਾਨੁੱਲਾ ਸਾਹਿਬ ਦੇ ਡਰਾਮੇ ਵੇਖ ਵੇਖ ਕੇ ਸਾਨੂੰ ਸ਼ੌਕ ਪਿਆ ਅਮਾਨ ਸਾਹਿਬ ਨੇ ਫਿਰ ਸਾਨੂੰ ਟੀਵੀ ਕਰਵਾਇਆ ਅਮਾਨੁੱਲਾ ਸਾਹਿਬ ਨੇ ਤੁਹਾਨੂੰ ਰੋਕਿਆ ਤਾਂ ਨਹੀਂ 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 ਉਹਨੇ ਤਾਂ ਸ਼ੁਰੂ ਕਰਵਾਇਆ ਜੀ ਮਾਈਂਡ ਤਾਂ ਨਹੀਂ ਕੀਤਾ ਨਹੀਂ ਨਹੀਂ ਵਾਹ 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 अच्छा जी ये अपना टीपू साहब जी सर ये दसो के वाकई तुहाडे अब्बा जी दे गंडा बन शागिर्द ने सर गंडा दे शागिर्द ने ने गंडा बन शागिर्द ने चोरी साहब ने बकायदा रस्म की थी है हां और हाइट देखो ना मतलब जदों लड्डू खा दी बारी ते रोन लग गया अम्मी के पास जाना माशाल्लाह जी अमानुल्लाह साहब चदड़ नु कोई बड़ी अच्छी गल कीती होवे ओ साडा शेयर करो बिल्कुल अमान साहब ने एक दफा ना दुनिया न्यूज़ ते हुन एदी हाइट छोटी है लेकिन पहनावा पूरा मर्दाना रखे है ने वाह यानी किसी ने सिर नहीं होने देता कि मेरी हाइट छोटी है हाँ ते इंज करके चैनल दे अंदर एंटर होया पिशावरी पाई है ते सलवार कमीज स्वेटर हाँ सब कहते उधर देख मैं कहा जी कहते गबरू किठा होता है मीर साहब ਇਹ ਟੀਪੂ ਨੇ ਵੀ ਬੜੀ ਟਾਈਸ਼ਾਈ ਲਾਈ ਐ ਨਿਕ ਲਾਈ ਜਿਵੇਂ ਗਰੀਬਾਂ ਦਾ ਮਾਈਕਲ ਜੈਕਸਨ ਹੁੰਦਾ ਦੁਆਵਾ ਦਵੋ ਮੀਰ ਸਾਹਿਬ ਨੇ ਤੁਹਾਨੂੰ ਬੁਲਾ ਲਿਆ ਚੌਧਰੀ ਸਾਹਿਬ ਕਿਉਂ ਨਾ ਦੁਆਵਾਂ ਦਵੋ ਨਜ਼ਰ ਸ਼ਨਾਸ ਬੰਦੇ ਨੇ ਉਹਨਾਂ ਨੂੰ ਜਾਨਵਰਾਂ ਨਾਲ ਵੈਸੇ ਹੀ ਬਹੁਤ ਪਿਆਰ ਹੈ ਇੱਕ ਬਾਹਰ ਬੰਨੀ ਆਈ ਗੰਦਰ ਬਟਾਇਆ ਉਹ ਸਰ ਵੇਖੋ ਤੁਸੀਂ ਤੁਹਾਡੇ ਨਾਲ ਖਿੱਚ ਗਿਆ ਦੇਖੋ ਨਾ ਇੱਥੇ ਬੈਠਾ ਪ੍ਰੋਗਰਾਮ ਕਰ ਰਿਹਾ ਕੈਮਰਾ ਫੇਸ ਕਰ ਰਿਹਾ ਇਨਸਾਨਾਂ ਤਰ੍ਹਾਂ ਬੋਲ ਦਿੰਦੇ ਆ ਹਾਂਜੀ ਬਿਲਕੁਲ ਮਾਸ਼ਾਅੱਲਾ ਐਡੇ ਐਡੇ ਕੱਦ ਦੀਆਂ ਤਸਵੀਰਾਂ ਨਾ ਕੁਲਫੀਆਂ ਨਹੀਂ ਰੇੜੀ ਤੇ ਬਣੀਆਂ ਹੁੰਦੀਆਂ ਮੌਲਾ ਜੱਟ ਕੁਲਫੀ ਮਾਨ ਸਾਹਿਬ ਬੇਟੇ ਜੀ ਹੋਈ ਜੀ ਮਾਸ਼ਾਅੱਲਾ ਕੀ ਬਾਤ ਹੈ ਚੰਦਰ ਸਾਹਿਬ ਤੁਸੀਂ ਪੂਰੀ ਕੋਸ਼ਿਸ਼ ਕਰ ਰਹੇ ਹੋ ਅਮਾਨੁੱਲਾ ਸਾਹਿਬ ਦੇ ਬੇਟੇ ਦਾ ਤੁਸੀਂ ਲਿਹਾਜ਼ ਨਹੀਂ ਕਰ ਰਹੇ ਹੈ ਜੀ ਉਹ ਤੇ ਉਹ ਟੀਪੂ ਉਸਰਾ ਹੀ ਮਤਲਬ ਜ਼ਿੰਦਾ ਦੇ ਲਾਲ ਔਰ ਮੈਨੂੰ ਇਹ ਦੱਸ ਰਿਹਾ ਸੀ ਚੱਦੜ ਕਿ ਅਮਾਨੁੱਲਾ ਸਾਹਿਬ ਬਹੁਤ ਹੱਸਦੇ ਸਨ ਟੀਪੂ ਦੀਆਂ ਗੱਲਾਂ ਤੇ ਔਰ ਟੀਪੂ ਨਾਲ ਜਦੋਂ ਮੁਲਾਕਾਤ ਹੁੰਦੀ ਸੀ ਤੇ ਉਦੋਂ ਜੁਗਲਬੰਦੀ ਹੁੰਦੀ ਸੀ ਹਾਂ ਸਾਹਿਬ ਨੇ ਵੀ ਗੱਲ ਕਰਨੀ ਟੀਪੂ ਨੇ ਵੀ ਗੱਲ ਕਰਨੀ ਮੈਂ ਹਸਾਉਣ ਵਾਸਤੇ ਬਾਰ ਬਾਰ ਕਹਿ ਰਿਹਾ ਮੈਂ ਕਿਹਾ ਕੀ ਕਰਨਾ ਜੇ ਕਿਸੇ ਦੇ ਮੂੰਹ ਚ ਪੈ ਜਾਏਗਾ ਤੁਸੀਂ ਤੇ ਬਿਮਾਰ ਹੋ ਕਹਿੰਦੇ ਨਹੀਂ ਯਾਰ ਹਲੇ ਕੁਛ ਨਾ ਕਰਨਾ ਹਲੇ ਕੁਛ ਤੁਹਾਨੂੰ ਕੀ ਕਹਿ ਰਿਹਾ ਮਤਲਬ ਪਿੰਡੋਂ ਤੈਨੂੰ ਫਰਮਾਇਸ਼ ਕਰਦੇ ਹੋਣਗੇ ਯਾਰ ਚੱਦੜ ਉਹ ਲਿਆ ਫਲਾਣੀ ਸ਼ੈ ਲਿਆ ਅਮਾਨ ਸਾਹਿਬ ਨੂੰ ਦੇਸੀ ਮੁਰਗਾ ਪਸੰਦ ਸੀ ਦੇਸੀ ਆਂਡੇ ਪਸੰਦ ਸਨ ਵਾਹ ਤੇ ਬਸ ਪਿੰਡ ਆਉਂਦੇ ਸਨ ਤੇ ਉੱਥੇ ਆਬੋ ਹਵਾ ਪਸੰਦ ਤੇ ਦੇਸੀ ਮੁਰਗਾ ਦੇਸੀ ਅੰਡੇ ਤੇ ਦੇਸੀ ਸੀਲ ਕੁਕੜ ਇੱਕਦਮ ਮੇਰੇ ਸਾਹਮਣੇ ਕਿਉਂਕਿ ਸਰ ਜੀ ਸੀਲ ਕੁਕੜ ਪਿੰਡ ਦਾ ਇਸ ਤੋਂ ਪਸੰਦ ਸੀ ਕਿਉਂਕਿ ਡਾਕਟਰ ਨੇ ਬਰਾਇਲਰ ਮਨਾ ਕੀਤਾ ਇੱਕ ਦਿਨ ਇਹਨੇ ਇਹਨੂੰ ਫੋਨ ਕੀਤਾ ਮਾਨ ਸਾਹਿਬ ਨੇ ਵਾਲੇ ਸਾਹਿਬ ਕਹਿੰਦੇ ਓਏ ਫਾਰੂਕ ਪੁੱਤਰ ਦੇਸੀ ਮੁਰਗਾ ਲੈ ਗਿਆ ਇਹ ਦਿਹਾਤੀ ਆਦਮੀ ਇਹ ਬਾਰ ਬਾਰ ਇਹਤਰਾਮਨ ਕਹੀ ਜਾ ਰਿਹਾ ਉਸਤਾਦ ਜੀ ਕਿੱਡਾ ਕੁ ਚਾਹੀਦਾ ਕਿੱਡਾ ਕੁ ਚਾਹੀਦਾ ਅੱਛਾ ਉਹ ਖੁਜ ਕੇ ਕਹਿੰਦੇ ਬੇਟਾ ਬਸ ਆਪਣੇ ਤੋਂ 6 ਕੁ ਮਹੀਨੇ ਛੋਟਾ ਲੈ ਅਰੇ ਯਾਰ ਬਾਸ ਨਹੀਂ ਆ ਰਿਹਾ ਬਾਲ ਮੁੱਚੀ ਵਾ 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 ਚੋਰੀ ਸਾਹਿਬ ਕੀ ਬਾਤ ਹੈ ਡਿਸਪੋਜ਼ੇਬਲ ਤਾਂ ਦੂਰ ਹੁੰਦਾ ਰੋਟੀ ਲਾ ਕੇ ਸਿਗਰਟ ਸੁੱਟ ਦੋ ਤੁਹਾਡੇ ਵਾਲਿਦ ਸਾਹਿਬ ਦੇ ਅਮਾਨੁੱਲਾ ਸਾਹਿਬ ਦੇ ਬੜੇ ਇਹਸਾਨਾਤ ਨੇ ਬੜਾ ਪਿਆਰ ਕੀਤਾ ਬੜੀ ਮੁਹੱਬਤ ਕੀਤੀ ਜਦੋਂ ਮੈਂ ਸਿਰਫ ਸੁਹੇਲ ਅਹਿਮਦ ਸਾਹਿਬ ਨੂੰ ਮੇਰੇ ਭਾਈ
ਉਹਨਾਂ ਨੂੰ ਮੈਂ ਮਿਲਣ ਲਾਹੌਰਾਂ ਨਾ ਆਉਂਦਾ ਸਾਂ ਅਤੇ ਮੈਂ ਉਦੋਂ ਸ਼ਾਇਦ ਐੱਫ ਏ ਵਿੱਚ ਪੜ੍ਹਨਾ ਸਾਂ ਅਤੇ ਜਰਨਲਿਜ਼ਮ ਦਾ ਤਾਂ ਦੂਰ ਦੂਰ ਤੱਕ ਪਤਾ ਹੀ ਨਹੀਂ ਸੀ ਕਿ ਜਰਨਲਿਸਟ ਬਣਨਾ ਹੈ ਅਤੇ ਉਦੋਂ ਵੀ ਇਮਾਨੁੱਲਾ ਸਾਹਿਬ ਬੜੇ ਪਿਆਰ ਨਾਲ ਮੈਨੂੰ ਮਿਲਦੇ ਸਨ ਔਰ ਮੈਂ ਅਤੇ ਮੇਰਾ ਦੋਸਤ ਬੱਬੂ ਬਰਾਲ ਗੁਜਰਾਲ ਕਿਉਂਕਿ ਸੁਹੇਲ ਅਹਿਮਦ ਪਹਿਲਾਂ ਆਏ ਨੇ ਔਰ ਬੱਬੂ ਬਰਾਲ ਬਾਅਦ ਚੋਂ ਆਏ ਨੇ ਅਤੇ ਮੈਂ ਅਤੇ ਬੱਬੂ ਬਰਾਲ ਇਹਨਾਂ ਨੂੰ ਮਿਲਣ ਆਉਂਦੇ ਸਾਂ ਸੁਹੇਲ ਸਾਹਿਬ ਨੂੰ ਮਸਤਾਨਾ ਸਾਡੇ ਸ਼ਹਿਰ ਦੇ ਮਸਤਾਨਾ ਸਾਹਿਬ ਨੂੰ ਔਰ ਅਮਾਨੁੱਲਾ ਸਾਹਿਬ ਨੂੰ ਜਦੋਂ ਜ਼ਾਹਿਰ ਉਹਨਾਂ ਨੇ ਤਾਰ ਬੱਬੂ ਨਾਲ ਤੇ ਹੈ ਸੀ ਕਿ ਭਾਈ ਨਜ਼ੀਰ ਅਲੀ ਮੌਸੀਕਾਰ ਨਜ਼ੀਰ ਅਲੀ ਦਾ ਭਤੀਜਾ ਔਰ ਫਿਰ ਮੇਰੇ ਨਾਲ ਵੀ ਉਹਦੇ ਬਾਅਦ ਕੰਟੀਨਿਊਟੀ ਰਹੀ ਅਸੀਂ ਮਿਲਦੇ ਰਹੇ ਫਿਰ ਉਹਦੇ ਬਾਅਦ ਮੈਂ ਲਾਹੌਰ ਹੀ ਆ ਗਿਆ ਔਰ ਮੈਂ ਰਿਪੋਰਟਰ ਹੋਇਆ ਜਰਨਲਿਸਟ ਬਣਿਆ ਤੇ ਮੈਂ ਰੋਜ਼ ਟ੍ਰੇਨ ਤੇ ਵਾਪਸ ਜਾਣਾ ਸਾਂ ਗੁਜਰਾਤ ਤੇ ਮੈਨੂੰ ਅਮਾਨੁੱਲਾ ਸਾਹਿਬ ਨੇ ਸਭ ਤੋਂ ਪਹਿਲੀ ਵਾਰੀ ਕਿਹਾ ਹੈ ਕਿ ਤੁਸੀਂ ਤਾਇਰ ਸਰ ਮੀਰ ਤੁਸੀਂ ਲਾਹੌਰ ਘਰ ਕਿਉਂ ਨਹੀਂ ਬਣਾਉਂਦੇ ਤੇ ਮੈਂ ਕਿਹਾ ਹਾਂ ਸਾਹਿਬ ਮੈਂ ਕਿੱਥੋਂ ਆਪਣਾ ਘਰ ਬਣਾਉਣਾ ਘਰ ਲਾਹੌਰ ਬਣਾਉਣਾ ਕੋਈ ਆਸਾਨ ਹੈ ਮੇਰੀ ਤੇ ਥੋੜ੍ਹੀ ਛੋਟੀ ਜਿਹੀ ਤਨਖਾਹ ਹੈ ਤੇ ਉਹਨਾਂ ਨੇ ਕਿਹਾ ਤੂੰ ਸ਼ੋਅ ਕਰਵਾ ਤੂੰ ਸ਼ੋਅ ਕਰਵਾ ਮੈਂ ਕਿਹਾ ਸ਼ੋਅ ਕਿਸ ਤਰ੍ਹਾਂ ਹੋਏਗਾ ਕੌਣ ਕਰਵਾਏਗਾ ਕਹਿੰਦੇ ਸਭ ਤੋਂ ਪਹਿਲਾਂ ਤੇ ਮੈਂ ਕਰਾਂਗਾ ਸੁਪਰ ਸਟਾਰ ਸਨ ਉਦੋਂ ਔਰ ਫਿਰ ਐਸੀ ਬਰਕਤ ਪਈ ਮੈਂ ਸ਼ੋਅ ਕਰਵਾਇਆ ਔਰ ਜਿਹਦੇ ਨਾਲ ਕੁਛ ਪੈਸੇ ਇਕੱਠੇ ਹੋ ਗਏ ਤੇ ਇੱਥੇ ਫਿਰ ਲਾਹੌਰ ਘਰ ਹੋਇਆ ਤੇ ਇਹ ਅਮਾਨੁੱਲਾ ਸਾਹਿਬ ਦਾ ਮਸ਼ਵਰਾ ਫਿਰ ਸੁਹੇਲ ਸਾਹਿਬ ਦਾ ਮੈਂ ਦੱਸਣਾ ਚਾਹਾਂਗਾ ਕਿ ਸੁਹੇਲ ਸਾਹਿਬ ਨੇ ਇਹਦੇ ਵਿੱਚ ਬਹੁਤ ਮੁਹੱਬਤ ਕੀਤੀ ਸੁਹੇਲ ਸਾਹਿਬ ਐਸੇ ਵੱਡੀ ਦੁਨੀਆ ਔਰ ਬਹੁਤ ਹੀ ਅਸੀਂ ਤੇ ਸਮਝਦੇ ਹਾਂ ਕਿ ਸਾਡੇ ਲਈ ਉਹ ਬਲੈਸਿੰਗ ਰੱਬ ਦੀ ਕੋਈ ਸ਼ੱਕ ਨਹੀਂ ਸਰ ਬਿਲਕੁਲ ਔਰ ਦੇਖੋ ਨਾ ਕਿ ਅੱਲਾ ਬੇਨਿਆਜ਼ ਹੈ ਉਹਨਾਂ ਨੇ ਦੇਖੋ ਕਿ ਚੱਦੜਾਂ ਦੇ ਘਰ ਕੈਸਾ ਆਪਣਾ ਘਰ ਕਾ ਚੱਦੜ ਦਾਲ ਬਰਾਬਰ ਖੂਬਸੂਰਤ ਆਦਮੀ ਹੈ ਬਿਰਜੂ ਮਹਾਰਾਜ ਦਾ ਪੁੜਾ ਹੁੰਦਾ ਅੱਛਾ ਮੀਰ ਸਾਹਿਬ ਟੀਪੂ ਵਰਗੇ ਬੰਦੇ ਨਾ ਮਹਿਮਾਨਾਂ ਦੇ ਜਾਂ ਦੁਬਾਰ ਰੰਗ ਦੇ ਭਰਮ ਕੱਢ ਲੈਂਦੇ ਨੇ ਸਰ ਵੇਖੋ ਤੁਸੀਂ ਤੁਸੀਂ ਕਿੱਡੀ ਪਿਆਰੀ ਚੀਜ਼ ਬਣਾਈ ਹੈ ਹੀਰ ਦੇ ਜਹੇਸ ਐਡੇ ਐਡੇ ਪੀੜੇ ਆਏ ਸੀ ਯਾਰ ਵਾਹ 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 ਟੀਪੂ ਖਾਂ ਬਹੁਤ ਛੇ ਵਾਹ 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 ਜ਼ਬਰਦਸਤ ਜ਼ਬਰਦਸਤ ਕਿਆ ਬਾਤ ਕਿਆ ਬਾਤ ਸਹੀ ਅਮਾਨੁੱਲਾ ਸਾਹਿਬ ਦਾ ਰੰਗ ਔਰ ਖੂਨ ਕਿਆ ਬਾਤ ਹੈ ਅਮਾਨੁੱਲਾ ਸਾਹਿਬ ਨੇ ਦੁਆ ਵੀ ਦਿੱਤੀ ਹੈ ਖਵਾਤੀਨ ਹਜ਼ਰਾਤ ਟੀਪੂ ਦੇਖਿਆ ਕਿਸ ਕਿਸਮ ਦੀ ਬਰਸਾਤ ਕਰ ਰਹੇ ਆ ਮੌਨਸੂਨ ਔਰ ਨਕ ਨਕ ਜੁਗਤਾਂ ਹੋ ਰਹੀਆਂ ਨੇ ਔਰ ਯੇ ਕਰਾਚੀ ਮੇ ਜੋ ਹਮਾਰੇ ਭਾਈ ਬਹਿਨ ਉਰਦੂ ਬੋਲਤੇ ਹੈ ਯਾ ਉਰਦੂ ਬੋਲਣੇ ਵਾਲੇ ਕੇਪੀ ਮੇ ਬਲੋਚਿਸਤਾਨ ਕਿਉਂਕਿ ਉਰਦੂ ਕੌਮੀ ਜ਼ਬਾਨ ਹੈ ਤੋ ਉਸਮੇ ਵੀ ਕਮਿਊਨੀਕੇਸ਼ਨ ਹੋਣੀ ਚਾਹੀਏ ਅਬ ਜੋ ਛੁੱਟੀ ਲਗੇਗੀ ਵੋ ਉਰਦੂ ਮੇ ਲਗੇਗੀ ਮਾਸ਼ਾਅੱਲਾ ਕਿਆ ਬਾਤ ਸੋਫਾ ਕਮ ਬੈਡ ਹੋਤਾ ਹੈ ਨਾਬਾਲਗ ਜਿੰਨ ਹੁੰਦਾ ਇਹ ਕਿਸੇ ਚੁੜੇਲ ਦਾ ਕੇਕ ਹੁੰਦਾ ਅਮੀਰ ਸਾਹਿਬ ਮਰੇ ਗਲੀ ਦੇਖ ਹੁੰਦੀ ਹੈ ਅਮੀਰ ਸਾਹਿਬ ਸ਼ਹਿਰ ਮੇ ਖੁਸਰੋ ਕਾ ਰੇਂਜ ਨਾ ਹੋ ਰਹਾ ਹੋ ਤੇ ਇਸ ਤਰ੍ਹਾਂ ਕੇ ਬੰਦੇ ਕਰਕੇ ਦੇਤੇ ਯਾਰ ਮੈਂ ਲੈ ਕੇ ਆਤਾ ਤੈਨੂੰ ਇਹ ਦਿਨਾਂ ਲਈ ਅਸੀਂ ਵੱਡਾ ਕੀਤਾ ਸੀ ਸਰ ਤੁਸੀਂ ਮਾਸ਼ਾਅੱਲਾ ਲੈਜੈਂਡ ਆਦਮੀ ਹੋ ਲੈਜੈਂਡ ਮੇਕਰ ਹੈਗੇ ਹੋ ਇੱਕ ਚੀਜ਼ ਦਾ ਮੈਨੂੰ ਨਾ ਇੱਕ ਚੀਜ਼ ਦੇ ਤੁਹਾਡੇ ਨਾਲ ਇਖਤਲਾਫ ਹੈ ਪਲੀਜ਼ ਤੁਸੀਂ ਲੋਕਾਂ ਦੇ ਬੱਚੇ ਖਰਾਬ ਕਰ ਲਓ ਔਰ ਸਕੂਲ ਦਾ ਟਾਈਮ ਹੈ ਤੁਸੀਂ ਉਹਨੂੰ ਰਿਕਾਰਡਿੰਗ ਤੇ ਬੁਲਾ ਲਿੱਤਾ ਹੈ ਇਹਨੂੰ ਮੈਂ ਹੋਰ ਕੀ ਖਰਾਬ ਕਰਨਾ ਇਹ ਉਹ ਕੇਸ ਹੈ ਜਿਹੜਾ ਦਾਈ ਨੇ ਖਰਾਬ ਕਰਤਾ ਸੀ ਮਹਿਸੂਸ ਕਰ ਰਿਹਾ ਸੀਟ ਤੇ ਵੀ ਬਚ ਗਏ ਮੈਂ ਕਹਿੰਦਾ ਕਿ ਬਹੁਤ ਅੱਛਾ ਮਹਿਸੂਸ ਕਰ ਰਿਹਾ ਕਿ ਮੈਂ ਤੁਹਾਡੇ ਕੋਲ ਬੈਠਾ ਕਿਆ ਬਾਤ ਹੈ ਬੈਠੇ ਨੇ ਤੇ ਮੀਰ ਸਾਹਿਬ ਨੇ ਚੱਦਰ ਬੜੀ ਬੜੀ ਅੱਛੀ ਗੱਲ ਕਰਦਾ ਪਰ ਦੋ ਦਿਨ ਪਹਿਲੇ ਈਦ ਗੁਜ਼ਰੀ ਇੱਕ ਬੱਕਰਾ ਪਿਆ ਤੇ ਇੱਕ ਬੰਦਾ ਕਹਿੰਦਾ ਚੱਦਰ ਨੂੰ ਕੁਰਬਾਨੀ ਕਰ ਰਿਹਾ ਕਹਿੰਦਾ ਹੋ ਰਿਹਾ ਕਰੋਨਾ ਦਾ ਟੈਸਟ ਹੋ ਰਿਹਾ ਚੱਦਰ ਸਾਹਿਬ ਜੀ ਜੀ
ਹੁਣ ਇਸ ਤਰ੍ਹਾਂ ਕਰੀਏ ਜੀ ਜੀ ਕਿ ਟੀਪੂ ਕੋਲ ਫਰਮਾਇਸ਼ ਕਰੀਏ ਕਿ ਅਮਾਨੁੱਲਾ ਸਾਹਿਬ ਦੀ ਕੋਈ ਐਸੀ ਆਈਟਮ ਜਿਹੜੀ ਸ਼ੋਹਰਾ ਆਫਾਕ ਹੋਈ ਉਹ ਸਾਡੇ ਨਾਲ ਸ਼ੇਅਰ ਕਰੇ। ਇਹ ਮੀਰ ਟਾਕੀਜ਼ ਚੈਨਲ ਯੂਟਿਊਬ ਚੈਨਲ ਨੂੰ ਇਜਾਜ਼ ਹਾਸਲ ਹੈ ਕਿ ਟੀਪੂ ਜਿਹੜਾ ਡੈਬਿਊ ਕਰ ਰਿਹਾ ਹੈ ਔਰ ਟੀਪੂ ਦੀ ਜਿਹੜੀ ਹੈ ਨਾ ਉਹ ਆਪਣਾ ਰਸਮੇ ਮਹੂਰਤ ਹੋ ਰਹੀ ਹੈ ਹਾਂਜੀ ਔਰ ਤੁਹਾਨੂੰ ਪਤਾ ਚੱਲ ਰਸਮੇ ਮਹੂਰਤ ਕੀ ਤੁਸੀਂ ਕੀ ਫਰਮਾਇਸ਼ ਕਰੋਗੇ ਕਿ ਟੀਪੂ ਬਾਈ ਕੀ ਸੁਣਾ ਕੋਈ ਵੀ ਅੱਛੀ ਜੀ ਆਈਟਮ ਅਮਾਨ ਸਾਹਿਬ ਦੀ ਸੁਣਾ ਦੇ ਬੜੀ ਜਿਹੜੀ ਹਿੱਟ ਹੋਈ ਹੋਵੇ ਟੀਪੂ ਬਾਈ ਕੀ ਸ਼ੇਅਰ ਕਰੋਗੇ ਉਹਨਾਂ ਦੀ ਤੇ ਹਰ ਆਈਟਮ ਹੀ ਹਰ ਆਈਟਮ ਹੀ ਉਹਨਾਂ ਦੀ ਜਿਹੜੀ ਤੁਹਾਨੂੰ ਯਾਦ ਜੀ ਸਰ ਮੀਰ ਸਾਹਿਬ ਤੁਹਾਡੀ ਫਰਮਾਇਸ਼ ਤੇ ਮੈਂ ਅਮਾਨ ਸਾਹਿਬ ਦਾ ਇੱਕ ਆਈਟਮ ਤੁਹਾਡੀ ਨਜ਼ਰ ਕਰ ਰਿਹਾ ਪੇਸ਼ ਕਰ ਰਿਹਾ ਇੱਕ ਆਈਟਮ ਬੜਾ ਕਰਦੇ ਹੁੰਦੇ ਸੀ ਕਿ ਇਹ ਆਮ ਦਿਹਾਤੀ ਬੰਦਾ ਡਾਕਟਰ ਕੋਲ ਦਵਾਈ ਕਿਸ ਤਰ੍ਹਾਂ ਲੈਂਦਾ ਹੈ ਜੀ ਤੇ ਇੱਕ ਸ਼ਹਿਰ ਦਾ ਲਾਹੌਰ ਦਾ ਜਿਹੜਾ ਟਿਪੀਕਲ ਬੰਦਾ ਹੈ ਉਹ ਦਵਾਈ ਕਿਸ ਤਰ੍ਹਾਂ ਲੈਂਦਾ ਹੈਗਾ ਤੇ ਉਹ ਸ਼ੁਰੂ ਹੁੰਦੇ ਸੀ ਕਿ ਲਾਹੌਰ ਦਾ ਜਿਹੜਾ ਬੰਦਾ ਨਾ ਅੱਛਾ ਉਹ ਵਿੱਚ ਨਾਲ ਉਹਦੀ ਪੂਰੀ ਬਰੀਫਿੰਗ ਕਰਦੇ ਸੀ ਕਹਿੰਦੇ ਸੀ ਅਨਪੜ੍ਹ ਬੰਦੇ ਕੋਲ ਪੈਸਾ ਆ ਜੇ ਨਾ ਜੋ ਉਲਟੀਆਂ ਉਲਟੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਉਹ ਬੋਸਕੀ ਦੇ ਕੁੜਤੇ ਨੂੰ ਨੀਲ ਦੇਣ ਲੱਗ ਜਾਂਦਾ ਠੀਕ ਹੈ ਕੁੱਤਿਆਂ ਦੀ ਲੜਾਈ 'ਚ ਚੀਫ ਗੈਸਟ ਬਣ ਜਾਂਦਾ ਠੀਕ ਹੈ ਅਤੇ ਉਹ ਮਤਲਬ ਅਨਪੜ੍ਹ ਬੰਦਾ ਆਉਂਦਾ ਜਿਹਦੇ ਕੋਲ ਨਵਾਂ ਨਵਾਂ ਪੈਸਾ ਆਇਆ ਅੱਛਾ ਉਹ ਡਾਕਟਰ ਕੋਲ ਆਉਂਦਾ ਉਹਨੂੰ ਕੋਈ ਭਾਰ ਨਹੀਂ ਹੁੰਦਾ ਡਾਕਟਰ ਏ ਐਫ ਸੀ ਪੀ ਐਸ ਏ ਐਮ ਬੀ ਬੀ ਐਸ ਏ ਕੰਸਲਟੈਂਟ ਏ ਉਹਨੇ ਆ ਕੇ ਬਸ ਉਹਨੂੰ ਦੌਲਤ ਦਾ ਨਸ਼ਾ ਚੜਿਆ ਉਹਨੂੰ ਨਹੀਂ ਪਤਾ ਕਿ ਕੀ ਪ੍ਰੋਫੈਸ਼ਨ ਹੈ ਮੈਂ ਕਿਹਨੂੰ ਫੇਸ ਕਰਾਂ ਅਸਲਾਮ ਅਲੈਕੁਮ ਆਪ ਡਾਕਟਰ ਯਾਰ ਬੜੀ ਬਾਤ ਹੈ ਬੜੀ ਬਾਤ ਹੈ ਆਪ ਡਾਕਟਰ ਲੱਗਦੇ ਨਹੀਂ ਹੋ ਅੱਛਾ ਉਹ ਡਾਕਟਰ ਨੂੰ ਉਹਨੂੰ ਇਹ ਨਹੀਂ ਪਤਾ ਕਿ ਉਹ ਸਾਈਕੋਲੋਜੀਕਲੀ ਡਾਕਟਰ ਸਾਹਿਬ ਉਹਨੂੰ ਗੁੱਸਾ ਕਰਨ ਦੇ ਨੇ ਕਿ ਮੇਰੇ ਸਾਹਮਣੇ ਮੈਨੂੰ ਕਹਿ ਦੇ ਅੱਛਾ ਮੇਰੀ ਬਾਤ ਸੁਣੇ ਅੱਛਾ ਇਧਰ ਮਤਲਬ ਆਪ ਡਾਕਟਰ ਹੈ ਨਾ ਇਹ ਨਹੀਂ ਕਹਿ ਰਹਾ ਆਪ ਆਪਣੀ ਫੀਸ ਪੂਰੀ ਚਾਰਜ ਕਰੇ ਮੈਨੂੰ ਸਿਰਫ ਇਹ ਬਤਾ ਦੇ ਇਸ ਇਲਾਕੇ ਵਿੱਚ ਆਪਕੇ ਇਲਾਵਾ ਔਰ ਵੀ ਕੋਈ ਡਾਕਟਰ ਹੈ ਉਹ ਡਾਕਟਰ ਸਾਹਿਬ ਫਿਰ ਕਹਿੰਦੇ ਨੇ ਹਾਂ ਜੀ ਆਪ ਚਲੇ ਜਾਈਏ ਸਾਹਮਣੇ ਇੱਕ ਪ੍ਰਾਈਵੇਟ ਹੋਸਪਿਟਲ ਹੈ ਵਹਾਂ ਪੇ ਕਾਫੀ ਡਾਕਟਰਸ ਹਜ਼ਰਾਤ ਬੈਠੇ ਹੈ ਮੇਰੇ ਸੇ ਅੱਛੇ ਵੀ ਹੈ ਔਰ ਮਹਿੰਗੇ ਵੀ ਹੈ ਵਹਾਂ ਚਲੇ ਜਾਈਏ ਅਤੇ ਉਹ ਬੰਦਾ ਜਿਹੜਾ ਉਹ ਦਵਾਈ ਲੈਂਦਾ ਉਹਨੇ ਡਾਕਟਰ ਨੂੰ ਦੱਸਣਾ ਡਾਕਟਰ ਗੁੱਸਾ ਕਰਦਾ ਹੈਗਾ ਫਿਰ ਡਾਕਟਰ ਕਹਿੰਦਾ ਅੱਛਾ ਅੱਛਾ ਡਾਕਟਰਾਂ ਦੇ ਮਾਨ ਸਾਹਿਬ ਕਹਿੰਦੇ ਸੀ ਡਾਕਟਰਸ ਪ੍ਰੋਫੈਸ਼ਨਲ ਪੰਗਾ ਨਹੀਂ ਲੈਣਾ ਉਹ ਤੁਹਾਨੂੰ ਉਹ ਕੁਛ ਵੀ ਨਹੀਂ ਕਹਿਣਗੇ ਉਹਨਾਂ ਨੂੰ ਡਾਕਟਰ ਸਾਹਿਬ ਨੇ ਕੀ ਕਰਨਾ ਉਹਦੇ ਗੁੱਸੇ ਦੇ ਵਿੱਚ ਅੱਛਾ 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 ਕਰਦੇ ਕਿਆ ਹੈ ਆਪ ਬਿਜ਼ਨਸਮੈਨ ਬਿਜ਼ਨਸਮੈਨ ਮੈਂ ਅੱਛਾ ਪਾਲਕ ਗੋਸ਼ਤ ਮੈਂਗੋ ਹਲਵਾ ਪੂਰੀ ਸਭ ਕੁਛ ਆਪਕਾ ਬੰਦ ਹੈ ਓ ਡਾਕਟਰ ਸਾਹਿਬ ਮੈਨੇ ਖਾਣਾ ਕਿਆ ਅਭੀ ਬਤਾਤਾ ਹੂੰ ਅਭੀ ਬਤਾਤਾ ਹੂੰ ਪਾਣੀ ਬੋਇਲ ਲੈਣਾ ਹੈ ਉਸਮੇ ਆਪਣੇ ਰਸ ਭਿਗੋ ਭਿਗੋ ਕੇ ਖਾਣੇ ਹੈ ਔਰ ਉਨਕੋ ਹਜ਼ਮ ਕਰਨੇ ਕੇ ਲਈ ਮੈਂ ਆਪਕੋ ਟੇਬਲੇਟਸ ਲਿਖ ਦੇਤਾ ਹੂੰ ਦਿਹਾਤੀ ਆਦਮੀ ਕਹਿੰਦੇ ਉਸ ਵੇਲੇ ਮਾਨਸੋ ਕਹਿੰਦੇ ਸੀ ਉਸ ਵੇਲੇ ਡਾਕਟਰ ਦੇ ਕੋਲ ਆਉਂਦਾ ਜਦੋਂ ਬਿਲਕੁਲ ਉਹਦੀ ਮੱਤ ਵੱਜ ਜਾਂਦੀ ਜਦੋਂ ਬਿਲਕੁਲ ਮਰਨ ਵਾਲਾ ਹੋ ਜਾਂਦਾ ਹਾਂ ਬਿਲਕੁਲ ਅਸਲਾਮ ਵਾਲੇਕੁਮ ਡਾਕਟਰ ਜੀ ਵਾਹ ਅੱਛਾ ਡਾਕਟਰ ਦੀ ਕਲੀਨਿਕ ਤੇ ਕੋਈ ਜਿਹਦਾ ਪੇਸ਼ੈਂਟ ਆਏ ਨਾ ਹਾਂ ਡਾਕਟਰ ਦੀ ਕੁਸ਼ਚਨ ਹੁੰਦੀ ਆ ਯਾਰ ਪਿੱਛੇ ਹਟੋ ਯਾਰ ਇਸ ਕੋ ਆ ਗਿਆ ਨਾ ਇਧਰ ਇਧਰ ਬੈਠੇ ਕਿਆ ਪ੍ਰੋਬਲਮ ਕਿਆ ਆ ਪ੍ਰੋਬਲਮ ਕੀ ਹੋਣੀ ਆ ਅੱਛਾ ਉਹਨੂੰ ਪਤਾ ਨਹੀਂ ਮੇਰੀ ਬਿਮਾਰੀ ਕੀ ਹੈ ਰਾਤ ਨੂੰ ਸੋਨਾ ਤੇ ਚਿੱਟੇ ਚੋਲਿਆਂ ਵਾਲੇ ਬਾਬੇ ਮੇਰੀ ਖਾਬ ਚ ਆਉਂਦੇ ਆਨਾ ਮੇਰਾ ਮੇਰੀ ਖਾਬ ਚ ਆਇਆ ਹਰੇ ਰੰਗ ਦਾ ਗੰਨਾ ਸੋਨੇ ਦੀ ਮੱਝ ਤੇ ਬੈਠਾ ਸੁਬਹ ਉੱਠ ਕੇ ਮੈਂ ਗੰਡੇ ਤੇ ਰੋਟੀ ਰੱਖ ਕੇ ਮੈਂ ਮਸਜਿਦ ਦੇ ਗਿਆ ਨਾਨਾ ਅਗਲੇ ਦਿਨ ਫਿਰ ਖਾਬ ਚ ਆ ਗਿਆ ਮੈਨੂੰ ਕਹਿੰਦਾ ਮੈਂ ਤੈਨੂੰ ਸੀਕਰਟ ਮਿਲਣੇ ਤੂੰ ਸਾਰਿਆਂ ਨੂੰ ਦੱਸਣ ਦੇ ਆਪਨੇ ਕਿਆ ਇਲਾਜ ਕਿਆ ਕਰਵਾਇਆ ਬੜਾ ਇਲਾਜ ਕਰਾਇਆ ਡਾਕਟਰ ਸਾਹਿਬ ਬੜਾ ਇਲਾਜ ਕਰਾਏ ਗਾਲੜ ਦੀ ਪੂਛਣ ਦੀ ਸੀ ਆਂਡੇ ਤੇ ਬੈਠ ਕੇ ਪੀਤੀ ਕੋਈ ਫਰਕ ਨਹੀਂ ਪਿਆ ਇਹ ਕਿਹੜਾ ਇਲਾਜ ਆਪਨੇ ਕਰਵਾਇਆ ਬੜਾ ਇਲਾਜ ਕਰਾਇਆ ਮੈਨੂੰ ਕਿਸੇ ਨੇ ਕਿਹਾ ਸਵੇਰੇ ਸਵੇਰੇ ਨਾ ਜਿਹੜਾ ਏਡਾ ਕੋਈ ਭੇਡੂ ਹੁੰਦਾ ਉਹਦੀਆਂ ਮਹਿੰਗਣਾ ਗਿਣਿਆ ਕਰ ਮਹਿੰਗਣਾ ਗਿਣਨ ਗਿਆ ਭੇਡੂ ਮੈਨੂੰ ਢੁੱਡ ਮਾਰਨ ਲੱਗ ਗਿਆ ਸਭ ਤੋਂ ਪਹਿਲੇ ਤਾਂ ਮੈਂ ਉਹਨੂੰ ਕਿਹਾ ਵੈਰੀ ਢੁੱਡ ਗਈ ਭੇਡੂ ਮੈਨੂੰ ਟੱਕਰਾ ਮਾਰਨ ਲੱਗ ਕੇ ਕਹਿੰਦਾ ਅਸੀਂ ਤੁਹਾਡੇ ਵਾਸ਼ਰੂਮ ਚ ਕਦੇ ਆਇਆ ਯਾਨੀ ਜਿਹੜੇ ਜੱਟ ਬੰਦੇ ਹੁੰਦੇ ਉਹਨਾਂ ਨੇ ਦਵਾਈ ਲਿਆਂਦਾ ਸਟਾਈਲ ਹੀ ਹੋਰ ਹੁੰਦਾ ਜਿਹੜਾ ਪੜ੍ਹਿਆ ਲਿਖਿਆ ਬੰਦਾ ਨਾ ਉਹਨੂੰ ਟੀਕਾ ਲਾਓ ਨਾ ਤੇ ਖਾਨ ਸਾਹਿਬ ਦੱਸਦੇ ਸੀ 18 ਕਿਸਮ ਦਾ ਮੂੰਹ ਬਣਾਉਂਦਾ ਟੀਕਾ ਲਾਓ ਜ਼ਰਾ ਬੜਾ ਪਹਾੜਾ ਉੱਥੇ ਤੇਰਾ ਬਹੁਤ ਫਿੱਟ ਨੂੰ ਤੇਰਾ ਕਦੇ ਦਾ ਮੁੰਡਾ ਕਿੱਥੇ ਜ਼ਿਆਦਾ ਹੋ ਗਿਆ ਪੇਂਡੂ ਆਦਮੀ ਨੂੰ ਕੋਈ ਨਹੀਂ ਭਾਰਾ ਤੁਨਗਾ ਸੂਈ ਆ ਜੱਟਾਂ ਵੀ ਬਾ ਸ਼ਰੀਕਾਂ ਵੀ ਤੇ ਲਾ ਦੇਣੀ ਤੁਨਗਾ ਵਾਹ 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 ਟੀਪੂ ਸੁਭਾਨ ਬਹੁਤ ਜ਼ਬਰਦਸਤ ਅੱਛਾ ਟੀਪੂ ਅਬ ਵੋ ਕੋਈ ਗਾਣੇ ਵਾਲੀ ਆਈਟਮ ਜੈਸੇ ਲਾਲਾ ਤਾਉਲਾ ਜੈਸੇ
अमानुल्लाह साहब की बड़ी फेवरेट आइटम थी, और ये जो आइटम अमानुल्लाह साहब करते थे वो लाले अताउल्ला को भी बहुत अताउल्ला दी आइटम ना वो बड़े शौक नाल करदे सी अमान साहब। और कहते कि लाला अताउल्ला साहब किसी जगह ते ना महफिल ते गए ते जिहड़ी किताब हैगी सी जिहदे उत्ते गाने लिखे सी उहदे उत्ते ना अखबार दा कवर चढ़िया सी, ते उह लाला जी हुण गा रहे ने ते जिहड़ा अखबार उह कवर उह बंद हो गया, डायरी बंद हो गई, उहदे उत्ते हुण खबरें न्यूज़ हैगी सी, ठीक है। ਤੇ ਉਹ ਗਾਣੇ ਦੇ ਵਿੱਚ ਉਹਨਾਂ ਨੇ ਨਿਊਜ਼ ਨੂੰ ਕਿਵੇਂ ਐਡਜਸਟ ਕੀਤਾ ਉਹ ਮੈਂ ਤੁਹਾਨੂੰ ਇਹ ਹੁਣੇ ਸੁਣਾਉਣਾ ਵਾ ਤੁਹਾਡੇ। ਮੱਕੂਡਾ ਡੇ ਯਾਰ ਤੰਗ ਕਰਿੰਦੇ ਛੰਕਾ ਮਰਿੰਦੇ ਕੁਝ ਨਾ ਖਵਿੰਦੇ ਸਾਵਣ ਆਇਆ ਉੱਠਾਂ ਤੇ ਬੈਠਾ ਮੇਰਾ ਤਾਇਆ ਤੂੰ ਮੇਕੂ ਬੜਾ ਤਾਇਆ। ਆਹ ਹਾਂ 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 ਇੱਕ ਮਿੰਟ